Come on, come on.
गोविंद संग नाम देओ मन लीना गोविंद 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 संग नाम देओ मन लीना गोविंद 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 संग नाम देओ मन लीना गोविंद 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 संग नाम देओ मन लीना आड दाम को शी परो होयो लाखीना परो हो लाखीना परो हो लाखीना सुनना तनना त्याग कै प्रीत चरण कबीरा सुनना तनना त्याग कै प्रीत चरण कबीरा नीच पुला जुला हरा पयो गुणी गहीरा नीच पुला जुला हरा पयो गुणी गहीरा रविदास तुमता ढोर नीत त्यागी माया Come on!
Yeah.
Oh,
Hare Krishna, Hare Krishna, Krishna Krishna, Hare Hare.
Thank you.
सेवक कौन मांस का को बपरो पाई Thank you.
ਨਾਮ ਦਾ ਗੱਫਾ ਮਿਲਦਾ ਹੈ। ਨਾਮ ਗੁਰਦੀ ਉਹ ਹੈ ਆਪਣੇ ਜਾਕੇ ਮਸਤਕ ਕਰਮਾ ਜਿਨ੍ਹਾਂ ਦੇ ਮੱਥੇ ਦੇ ਭਾਗ ਉੱਚੇ ਹਨ ਉਹਨਾਂ ਨੂੰ ਨਾਮ ਮਿਲਦਾ, ਦੂਜੇ ਨੂੰ ਨਹੀਂ ਮਿਲ ਸਕਦਾ। ਬੜੀ ਦੁਨੀਆ ਤੁਰੀ ਫਿਰ ਰਹੀ ਹੈ। ਜਪੋ ਵਾਹਿਗੁਰੂ ਵਾਹਿਗੁਰੂ। ਮੈਂ ਵੀ ਕਹਿ ਟਕਾਓ ਕਿਉਂ ਨਹੀਂ ਇੰਨਾ ਬਣ ਰਿਹਾ ਸੀ, ਬਾਹਰ ਤਾਂ ਉੱਦਾਂ ਹੀ ਗੱਲਾਂ ਹੋ ਰਹੀਆਂ, ਜੇ ਆਏ ਜੇ ਨਹੀਂ ਆਏ। ਸੰਗਤ ਵਿੱਚ ਆਣ ਕੇ ਵੀ ਜਪ ਵਾਹਿਗੁਰੂ 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 ਵਾਹਿਗੁਰੂ। ਇਹ ਨਾਮ ਉਹਨੂੰ ਮਿਲਦਾ ਹੈ, ਨਾਮ ਗੁਰਦੀ ਉਹ ਹੈ ਆਪਣੇ ਜਾ ਕੇ ਮਸਤਕ ਕਰਮਾ। ਵਾਹਿਗੁਰੂ 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 ਵਾਹਿਗੁਰੂ। ਤਿੰਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁੜੇ। ਗੁਰੂ ਅਰਜਨ ਦੇਵ ਜੀ ਕਹਿੰਦੇ, ਤਿੰਨ ਕੀ ਧੂੜ ਬੰਸ ਹੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ। ਜਿਹੜੇ ਰੋਜ਼ ਸੰਗਤ ਵਿੱਚ ਆਉਂਦੇ, ਗੁਰੂ ਦੀ ਸੰਗਤ ਕਰਦੇ, ਜੇ ਮੇਰਾ ਪਰਮਾਤਮਾ ਵਾਹਿਗੁਰੂ ਮੇਰੇ 'ਤੇ ਕਿਰਪਾ ਕਰਦੇ ਤਾਂ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ। ਨਾਮ ਕਿਹਨਾਂ ਨੂੰ ਮਿਲਦਾ ਹੈ? ਜਾ ਕੇ ਮਸਤਕ ਕਰਮਾ, ਨਾਮ ਗੁਰ ਦੀਓ ਹੈ ਆਪਣਾ ਹੈ। ਜਾ ਕੇ ਮਸਤਕ ਕਰਮਾ ਜਿਨ੍ਹਾਂ ਦੇ ਭਾਗ ਮਸਤਕ 'ਤੇ ਉੱਚੇ ਹਨ। ਮੰਨ ਲਓ ਜਿਹਨੇ ਜਿਹੜੇ ਗੁਰੂ ਵਾਲੇ ਬਣ ਗਏ, ਨਾਮ ਜਪਣ ਲੱਗ ਗਏ, ਉਹਨਾਂ ਦੇ ਭਾਗ ਖੁੱਲ੍ਹ ਗਏ। ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗਮੈ ਧਰਮਾ। ਤੋ ਮਨੁੱਖ ਜੋ ਨਾਮ ਨੂੰ ਕਮਾਉਂਦਾ ਹੈ, ਨਾਮ ਦ੍ਰਿੜ ਕਰਦਾ ਹੈ, ਤਾਕਾ ਜੁਗਮੈ ਧਰਮਾ ਨ ਜਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋ। ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ, ਉਹ ਅਸਲੀ ਸ਼ਾਹ ਹੈ ਜਿਹਦੇ ਪੱਲੇ ਨਾਮ ਹੈ। ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ, ਜਿਹਨਾਂ ਨੂੰ ਨਾਮ ਦਾ ਓਟ ਆਸਰਾ ਬਣ ਗਿਆ। ਨਾਮ ਜਪਣ ਤੋਂ ਬਿਨਾਂ ਜਿਹੜੇ ਰਹਿ ਨਹੀਂ ਸਕਦੇ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਤਰ੍ਹਾਂ ਇੱਕ ਦਿਨ ਆਪਣੇ ਸਿੰਘਾਸਨ 'ਤੇ ਬੈਠੇ ਨੇ, ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੈਠੇ ਚੌਰ ਹੋ ਰਿਹਾ, ਇੱਦਾਂ ਹੀ ਮਹਾਰਾਜ ਬੈਠੇ। ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਰਹਿਮਤ ਕਰੋ, ਇੱਕ ਆਪ ਜੀ ਨੂੰ ਸਵਾਲ ਕਰਨਾ, ਸਾਨੂੰ ਜਵਾਬ ਦਿਓ, ਸਾਡਾ ਇੱਕ ਸ਼ੰਕਾ ਨਿਵਰਤ ਕਰੋ। ਜਦੋਂ ਤੁਸੀਂ ਕਿਸੇ ਸਿੱਖ 'ਤੇ ਬੜੇ ਖੁਸ਼ ਹੋ ਜਾਂਦੇ ਹੋ, ਤੁਹਾਨੂੰ ਕੀ ਦਿੰਦੇ ਹੋ? ਸਾਨੂੰ ਕਿੱਦਾਂ ਪਤਾ ਲੱਗੂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਬੱਚੇ 'ਤੇ ਇਸ ਸਿੱਖ 'ਤੇ ਬੜਾ ਖੁਸ਼ ਹੈ? ਆਵਾਜ਼ ਆ ਰਹੀ ਬਾਲ ਜਪ ਵਾਹਿਗੁਰੂ 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 ਵਾਹਿਗੁਰੂ। ਸਾਨੂੰ ਕਿੱਦਾਂ ਪਤਾ ਲੱਗੇਗਾ ਇਹਦੀ ਕੀ ਨਿਸ਼ਾਨੀ ਹੈ? ਜਪ ਵਾਹਿਗੁਰੂ ਵਾਹਿਗੁਰੂ। ਕਲਗੀਧਰ ਪਿਤਾ ਕਹਿਣ ਲੱਗੇ, ਸਤ ਸੰਗਤ ਜੀ ਤੁਸੀਂ ਜਿਤਨੇ ਆਏ ਹੋ ਨਾ ਸੰਗਤ ਵਿੱਚ, ਜਿਤਨੇ ਵੀ ਆਏ ਧਿਆਨ ਨਾਲ ਸੁਣਿਓ, ਹਾਜ਼ਰ ਰਹੋ ਜੀ। ਜਪ ਵਾਹਿਗੁਰੂ ਵਾਹਿਗੁਰੂ। ਸਵਾਲ ਕੀ ਕੀਤਾ ਕਿ ਜਦੋਂ ਕਿਸੇ ਸਿੱਖ 'ਤੇ ਖੁਸ਼ ਹੋ ਜਾਂਦੇ ਉਹਦੀ ਨਿਸ਼ਾਨੀ ਕੀ, ਕਿੱਦਾਂ ਪਤਾ ਲੱਗੇਗਾ ਵੀ ਇਹ ਸਿੱਖ 'ਤੇ ਕਲਗੀਧਰ ਪਿਤਾ ਪੂਰੇ ਖੁਸ਼ ਨੇ, ਉਹਦੀ ਕੀ ਨਿਸ਼ਾਨੀ? ਅਤੇ ਮਹਾਰਾਜ ਕਹਿੰਦੇ ਨਿਸ਼ਾਨੀ ਇਹ ਹੈ, ਤੁਸੀਂ ਜਿਤਨੇ ਸੰਗਤ ਵਿੱਚ ਆਏ ਹੋ ਮੈਂ ਤੁਹਾਡੇ 'ਤੇ ਖੁਸ਼ ਹੋਇਆ, ਤਾਂ ਹੀ ਤੁਸੀਂ ਆਏ। ਵਾਹਿਗੁਰੂ। ਜੇ ਠਾਕੁਰ ਸੋ ਪ੍ਰਸੰਨ ਭਇਓ, ਇਹ ਸਵਈਆ ਹੈ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ, ਦੂਸਰ ਆਣ ਅਵਰ ਪੁਰਖ ਪਾਉ ਰਾਤਨ ਸੁਣੀਐ, ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ, ਜੇ ਰਸਨ ਚਾਖੇ ਉਹ ਤੇਜਨ ਤ੍ਰਿਪਤ ਅਗਾਹੇ। ਜੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ, ਜੇ ਤੇ ਪੂਰਾ ਖੁਸ਼ ਹੋ ਜਾਏ ਨਾ ਉਸ ਬੰਦੇ ਦਾ ਸੰਗਤ ਨਾਲ ਪਿਆਰ ਬਣ ਜਾਂਦਾ। ਜੇ ਠਾਕੁਰ ਸੋ ਪ੍ਰਸੰਨ ਭਇਓ ਲਿਖਿਆ, ਦੇਖੋ ਅਰਥ, ਜਿਨ੍ਹਾਂ ਮਨੁੱਖਾਂ ਉੱਤੇ ਮਾਲਕ ਪ੍ਰਭੂ
दयावान हो जाता खुश हो जाता है उन्हों का साथ संगत नाल प्रेम पै गया समझ लो जे ठाकुर सो प्रसन्न पयो सत संगत ते प्यार हर गुरु नानक जिन परस्यो तिन सब कुल कियो उधार दिलाने बाबे नानक दे चरण परस लए जेडे गुरु वाले बन गए कहिंदे उन्होंने अपनी कुल का बेड़ा पार कर लिया कले का नहीं सारी कोली का कुल का उधार हो गया जेड़ा जेड़ा बंदा मैं नहीं कह रहा गुरबाणी कह रही अर्थ पढ़ के देखो हर गुरु नानक जिन परस्यो जिन्हें परस लिया जिन्होंने गुरु नानक साहब जी के चरणों नू परस लिया गुरु के चरण की है गुरु का शब्द गुर के चरण जी का निस्तारा समुद सागर जिन खिन में तारा कोई होवा क्रम रत कोई तीर्थ नाया दासी हर का नाम त्याया बंधन काटन हार स्वामी जन नानक सिमरै अंतर ये गुरु के चरण गुरु का शब्द है जिन्हों ने शब्द नू फल लिया हर गुरु नानक जी ने परस्यो तिन सब कुल की उधार तुम चाहते हो हरी कुल का उधार हो जाए महाराज गरंटी लिख के दे रहे तेरी कुल का उधार हो जाएगा एक तो आह कुल है ना इक्की कुला कबीर साहब जी की बाणी च लिखा है इक्की कुला कबीर साहब का उधार होया नाम जपन वाली इक्की कुला तर दया सत दादकिया नानकिया दियाँ सहुरिया दियाँ एक ही कुलां तरदियाँ पर कुल का मतलब की है कुल इंग्लिश में कहते टोटल पंजाबी कहते कुल जोड़ गुरसिख के नाल संगत कर लग गए पांच होर जुड़ गए कुल जोड़ हो गया दस भी होर जुड़ गए कुल जोड़ हो गया तीह सत्तर होर जुड़ गए कुल जोड़ हो गया सौ जेड़ा जेड़ा जुड़ गया कुल टोटल सारे दे सारे तर जाएंगे जुड़े हैं ना जड़े जुड़े ने ना वो तर जाएंगे मेरे माधव जी सत संगत मिला वो डुबेगा नहीं भाई सच की संगत नाल सत की संगत नाल जड़ा जुड़ गया ते कलगीधर पिता कह लगे जिन्हें तुसी आए हो मैं ताडे ते पूरा खुश होया तां तुसी संगत च आए हो असी भी सारे समझ लीए कि सतगुरु कलगीधर पिता साढ़े ते रहमत कीती है साढ़े ते खुश है होर पिंड बहुत पिया बड़े लोग घर च बैठे टीवी देख रहे बड़े लोग कई तरह के होर मैं ना कह संगत दे विच ते ओ नहीं आए इत्थे जिन्हां ते खुश होया उन्हां नूं बुलाया अजनिया मेरी धीआं तुसीं आए हो ये पक्का समझ लो कि कलगीधर पिता साढ़े ते खुश है संगतां ने फिर सवाल किया महाराज कोई तो वड्डी बख्शिश भी है संगत विच जिहड़ा आ गया कोई होर इतों भी वड्डी कृपा कर दिओ उहदी की निशानी है महाराज कहिंदे उह भी है इतिहास पढ़ के देखो आनंदपुर साहब बैठे सतगुरु जी कहते इतो वड्डी भी कृपा है कहते है कहते वो केड़ी जी कहते जिहड़ा संगत विच आ गया उत्थे की मिलना उत्थे अमृत वंडी है सुखिया हर करने जमकै पंथ ना पाई है फिर ना ही मरने जिसनु आया प्रेम रस तिस है ही जरने बाणी उचरै साध जन अम्यों चले झरने देख दर्शन नानक जीव्या मन अंदर तरने कहते जे मैं होर खुश हो जावा तो संगत विचों चुन लेना तो उन्होंने अमृत की दात बख्श देना जिन्हें जिन्हें ने अमृत छक लिया समझ लो कलगीधर पिता के दोवें हाथ सिर ते उन्होंने बहुत खुश है संगत ने फिर सवाल कर दिता महाराज इतों वड्डी कोई गल हैगी होर खुश हो जाओ तो जे तुसी सिखते जे संगत च लैके आए अमृत की दात बख्शिश की होर खुशी जाहर कर दे ओदी की निशानी है ते कलगीधर पिता कहन लगे जप वाहेगुरु 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 कलगीधर पिता कहन लगे पहली निशानी दसी तुहानू संगत विच आए दूसरी निशानी ओ तो वड्डी अमृत की दात बख्शिश कर दिती तीसरी निशानी ये है ओ सिख नाम जपन लग पैंदा जेड़े जेड़े नाम जपन लग पे इतो वड्डी होर कोई बख्शिश नहीं सब तो वड्डी बख्शिश नाम जपना जिन्हें शुरू कर दिता हर जन को हर मिलिया हर सरदा ते मिलिया गुरमुख हर मिलिया मेरे मन तन आनंद पाए मैं देखे हर राव
ਚੌਥੇ ਪਾਤਸ਼ਾਹ ਕਹਿੰਦੇ ਹਰੀ ਦੇ ਜਨ ਨੂੰ ਰੱਬ ਮਿਲ ਗਿਆ, ਸਰਦਾ ਨਾ ਮਿਲਿਆ, ਇਕੱਲੀ ਸਰਦਾ ਨਹੀਂ, ਅਗਲੇ ਕਿਹਾ ਗੁਰਮੁਖ ਹਰ ਮਿਲਿਆ, ਗੁਰੂ ਦੇ ਰਾਹੀਂ ਮਿਲਿਆ। ਇਕੱਲੀ ਸਰਦਾ ਜਿੰਨੀ ਮਰਜ਼ੀ ਰੱਖੀ ਜਾਓ, ਜਦ ਤੱਕ ਗੁਰੂ ਧਾਰਨ ਨਹੀਂ ਕੀਤਾ ਨਹੀਂ ਮਿਲਣਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਹਿੰਦੇ ਹਰ ਜਨ ਕੋ ਹਰ ਮਿਲਿਆ, ਹਰ ਸਰਦਾ 'ਤੇ ਮਿਲਿਆ, ਗੁਰਮੁਖ ਹਰ ਮਿਲਿਆ, ਕਹਿੰਦੇ ਗੁਰੂ ਦੇ ਰਾਹੀਂ ਮਿਲਿਆ। ਮੇਰੇ ਮਨ ਤਨ ਆਨੰਦ ਪਏ, ਮੈਂ ਦੇਖਿਆ ਹਰ ਰਾਓ। ਕਹਿੰਦੇ ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਸਾਹ ਪਾਤਸ਼ਾਹ ਵਾਹਿਗੁਰੂ ਦੇ ਦਰਸ਼ਨ ਕਰ ਲਏ। ਕਹਿੰਦੇ ਵੀ ਦਰਸ਼ਨ ਕਰ ਲਏ ਤਾਂ ਹੋਰ ਵੀ ਕੁਝ ਮਿਲਿਆ? ਕਹਿੰਦੇ ਹਾਂ, ਜਨ ਨਾਨਕ ਕਹੋ ਕਿਰਪਾ ਭਈ, ਹਰ ਕੀ ਕਿਰਪਾ ਭਈ, ਜਗਦੀਸ਼ਰ ਕਿਰਪਾ ਭਈ। ਕਿਹੜੀ ਕਿਰਪਾ ਜੀ? ਕਹਿੰਦੇ ਮੈਂ ਅੰਨ ਦਿਨੋਂ ਸਤ ਸਤ ਸਦਾ ਹਰ ਜਪਿਆ ਹਰ ਨਾਮ, ਮੈਂ ਆਨੰਦ ਨੂੰ ਸਤ ਸਤ ਸਦਾ ਹਰ ਜਪਿਆ ਹਰ ਨਾਮ। ਬਖਸ਼ਿਸ਼ ਹੀ ਨਹੀਂ ਹੋ ਰਹੀ। ਹੁਣ ਅਸੀਂ ਆਪਣੇ ਆਪਣੇ ਅੰਦਰ ਝਾਤੀ ਮਾਰਨੀ, ਕੀ ਅਸੀਂ ਜਪਦੇ ਹਾਂ, ਕੀ ਅਸੀਂ ਸਵੇਰੇ ਵਾਹਿਗੁਰੂ ਜਪਦੇ ਹਾਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੈ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕਿਛ ਸੂਝੈ, ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ, ਪ੍ਰਭ ਜੀ ਬਸੈ ਸਾਦਗੀ ਰਸਨਾ, ਓ ਨਾਨਕ ਜਨ ਕਾ ਮੈਂ ਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਮ। ਸੌਂਦੇ ਵਾਹੋ ਵਾਹੋ ਉੱਚਰੇ, ਸੌਂਦੇ ਵਾਹੋ ਵਾਹੋ ਉੱਚਰੇ। ਫਿਰ ਅੱਗੇ ਉਦਮ ਕਰੇ, ਇਸ਼ਨਾਨ ਕਰੇ, ਅੰਮ੍ਰਿਤ ਸਰ ਲਾ, ਫਿਰ ਇਸ਼ਨਾਨ ਕਰ ਭਾਈ, ਨਾਮ ਜਪ ਲੈ ਪਹਿਲਾਂ, ਮਾਨੋ ਰੋਜ਼ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰ ਲਿਆ। ਜੇ ਪਹਿਲਾਂ ਨਾਮ ਜਪ ਲਿਆ ਸੁੱਤੇ ਉੱਠਦੇ, ਅਜੇ ਮੂੰਹ ਵੀ ਨਹੀਂ ਧੋਤਾ, ਨਾਮ ਜਪਣ ਲੱਗ ਪਿਆ।
ਮੋਬਾਈਲ ਦੇਖਦਾ ਬੈਟਰੀ ਕਿੰਨੀ ਕੁ ਚਾਰਜ ਹੈ, ਦਿਨ ਕੱਢ ਜਾਏਗੀ ਆਹ ਬੈਟਰੀ ਚਾਰਜ ਕਰ ਲੈ, ਇਹ ਵੀ ਤੇਰੀ ਜ਼ਿੰਦਗੀ ਕੱਢ ਦੇਗੀ ਪੂਰੀ, ਕਦੀ ਖਤਮ ਨਹੀਂ ਹੋਏਗੀ। ਕਿਤੇ ਜੱਪ ਕੇ ਵੇਖ ਲਾ, ਹਰ ਧੰਨ ਅੰਮ੍ਰਿਤ ਵੇਲਾ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਖੁੱਟੇ। ਅਸੀਂ ਬਾਣੀ ਪੜ੍ਹ ਲੈਂਦੇ, ਨਾਮ ਨਹੀਂ ਜਪਦੇ। ਬਾਣੀ ਸਾਨੂੰ ਕਹਿੰਦੀ ਨਾਮ ਜਪੋ, ਬਾਣੀ ਕਹਿੰਦੀ ਭਿੰਨੀ ਰੈਨੜੀ ਹੈ ਚਾਮ ਕਣ ਤਾਰੇ ਜਾਗੈ ਮੇਰੇ ਰਾਮ ਪਿਆਰੇ। ਉਹ ਰਾਮ ਪਿਆਰੇ ਕੀ ਕਰਦੇ ਜਾਗ ਕੇ, ਰਾਮ ਪਿਆਰੇ ਸਦਾ ਨਾਮ ਸਿਮਰੈ ਨਾਮ ਜਪਦੇ ਫਿਰ ਉਹ ਰਾਮ ਦੇ ਪਿਆਰੇ। ਸਿੱਖ ਰਹਿਤ ਮਰਜ਼ਾਦਾ, ਇਹ ਸਾਰਾ ਕੁਝ ਮਰਜ਼ਾਦਾ ਜੀ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ। ਹੁਣ ਮਰਜ਼ਾਦਾ ਜੀ ਵਿਚਾਰ ਕਰੀਏ ਥੋੜ੍ਹੇ ਮਿੰਟਾਂ ਵਿੱਚ, ਜੋ ਸਤਿਗੁਰੂ ਜੀ ਸਾਨੂੰ ਰਹਿਮਤ ਕਰਕੇ ਬਖਸ਼ਿਸ਼ ਕਰ ਰਹੇ ਹਨ। ਜਪ ਵਾਹਿਗੁਰੂ 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 ਵਾਹਿਗੁਰੂ। ਅਨੰਦ ਸੰਸਕਾਰ ਦੀ ਗੱਲ ਕਰ ਰਹੀ ਮੈਂ ਸ਼ੁਰੂ ਤੋਂ, ਫਿਰ ਬੇਨਤੀ ਕਰਦੇ ਨਾ, ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰੇ ਕਰਨਾ ਚਾਹੀਦਾ। ਜਿਹੜਾ ਬੰਦਾ ਜਾਤ ਪਾਤ ਪੁੱਛਦਾ ਉਹ ਮਨ ਨੂੰ ਸਿੱਖ ਨਹੀਂ, ਉਹ ਰਤਮ ਜ਼ਿਆਦਾ ਨੂੰ ਮੰਨਦਾ ਹੀ ਨਹੀਂ। ਬਿਨਾਂ ਜਾਤ ਪਾਤ ਗੋਤ ਵਿਚਾਰੇ ਕਰਨਾ ਚਾਹੀਦਾ। ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ, ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਦਾ ਹੈ। ਲੜਕੇ ਲੜਕੀ ਦਾ ਵਿਆਹ ਬਚਪਨ ਵਿੱਚ ਕਰਨਾ ਵੀ ਵਰਜਿਤ ਹੈ। ਜਦ ਲੜਕੀ ਸਰੀਰ ਮਨ 'ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਨਾਲ ਯੋਗ ਸਿੱਖ ਨਾਲ ਆਨੰਦ ਪੜਾਇਆ ਜਾਵੇ। ਇਹ ਸਿੱਖ ਰਹਿਤ ਮਰਜ਼ਾਦਾ ਹੈ, ਯੋਗ ਸਿੱਖ ਨਾਲ। ਦੇਖ ਲਓ ਸਿੱਖ ਦੀ ਡੈਫੀਨੇਸ਼ਨ ਕੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਉਹ ਮੇਰਾ ਸੇਵ ਮੈਂ ਉਹ ਮੇਰਾ ਸਾਹਿਬ ਹੈ ਮੈਂ ਉਹਦਾ ਸੇਵਕ ਹਾਂ ਮੈਂ ਨੌਕਰ ਹਾਂ ਉਹਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰਹਿਤ ਬਿਨਾਂ ਰਹਿਤ ਬਿਨਾਂ ਸਿੱਖ ਨਹੀਂ ਕੋ ਅਸਰ ਰਹਿਤ ਬਿਨਾਂ ਦਰ ਕਹਿੰਦੇ ਯੋਗ ਸਿੱਖ ਨਾਲ ਆਨੰਦ ਪੜਾਇਆ ਜਾਵੇ। ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲਾ ਪਰਿਵਾਰ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾਂ ਸੋਧ ਕੇ ਇੱਕ ਕਿਰਪਾਨ ਇੱਕ ਕੜਾ ਅਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਵੇ। ਇਹ ਕੱਲ੍ਹ ਸਾਰੀ ਬੇਨਤੀਆਂ ਕੀਤੀਆਂ ਸੀ, ਆਨੰਦ ਦਾ ਦਿਨ ਮੁਕਰਰ ਕਰਨ ਲੱਗੇ ਹਾਂ। ਸਾਨੂੰ ਤਾਂ ਇਹ ਕੰਠ ਹੋਈ ਹੈ ਜੀ, ਫਟਾਫਟ ਬੋਲ ਦਿੰਦੇ, ਪਰ ਮੈਂ ਤਾਂ ਉੱਤੋਂ ਵੇਖ ਕੇ ਬੋਲ ਰਿਹਾ, ਕੋਈ ਇਹ ਨਾ ਕਹੇ ਕਿ ਆਪਣੇ ਕੋਲ ਬੋਲ ਰਿਹਾ। ਉੱਤੋਂ ਵੇਖ ਕੇ ਤਾਂ ਵੀ ਜੋ ਲਿਖਿਆ ਉਹ ਹੀ ਬੋਲ ਰਿਹਾ, ਪੂਰਾ ਅੱਖਰ ਕੰਨਾ ਵੱਧ ਘੱਟ ਜੋ ਲਿਖਿਆ ਉੱਦਾਂ ਬੋਲ ਰਹੇ। ਵਿਆਹ ਦਾ ਦਿਨ ਮੁਕਰਰ ਕਰਨ ਲੱਗਿਆ, ਕੋਈ ਥਿੱਤਵਾਰ ਚੰਗੇ ਮਨ ਦੇ ਦਿਨ ਦੀ ਖੋਜ ਕਰਨੀ, ਪੱਤਰੀ ਵਚਨੀ ਮਨ ਮਤ ਹੈ ਦੋਹਾਂ, ਕੋਈ ਦਿਨ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਜੋ ਚੰਗਾ ਦਿਸੇ ਨੀਯਤ ਕਰ ਲੈਣਾ ਚਾਹੀਦਾ ਹੈ। ਸਿਹਰਾ ਹੁਣ ਸੁਣੀ ਜਾਇਓ, ਅਸੀਂ ਸਿਹਰੇ ਬੰਨਣੇ, ਭੈਣ ਨੇ ਸਿਹਰਾ ਬੰਨਣਾ ਜੀ, ਉਹਦਾ ਦਿਓ 500 ਰੁਪਈਆ ਭੈਣ ਨੂੰ ਸਿਹਰਾ ਬੰਨਣ ਦੇ ਪੈਸੇ ਲੈਣੇ। ਉਹ ਸਿਹਰਾ ਲੈ ਕੇ ਆਉਂਦੀ ਹੈ, ਫਿਰ ਉਹਦੀ ਝੋਲੀ 'ਚ ਪਾਉਣਾ ਜਾ ਕੇ ਉੱਥੇ, ਉਦਾਂ ਦੇ ਦਿਓ ਮਾਇਆ ਕਲਗੀ ਲਾ ਕੇ। ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ, ਇੱਕ ਦਿਨ ਸਾਡੇ ਵਿਆਹ ਸੀ ਬੱਚੀ ਦਾ, ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਦੇਖ ਕੇ ਤਾਂ ਸਿਹਰਾ ਬੰਨ ਕੇ ਨਾ ਅੰਦਰ ਆ ਜੇ, ਬਾਹਰ ਦੇਖ ਕੇ ਆ, ਬਾਹਰ ਹੀ ਕਹਿ ਦੇ ਲਾ ਦੇ ਜੇ ਬੰਨਿਆ ਤਾਂ, ਅਵਲ ਤਾਂ ਬੰਨਣਾ ਨਹੀਂ ਚਾਹੀਦਾ। ਅੰਦਰ ਕਿਤੇ ਕਲਗੀ ਵਾਲਾ ਹੀ ਕਲਗੀ ਲਾ ਸਕਦਾ, ਇੱਥੇ ਅਸੀਂ ਕਲਗੀਆਂ ਲਾ ਕੇ ਮਹਾਰਾਜ ਸਾਹਮਣੇ ਆ ਸਕਦੇ ਹਾਂ? ਉਹ ਗੁਰੂ ਸਾਹਿਬ ਲਾ ਸਕਦੇ ਕਲਗੀ ਧਰ ਪਿਤਾ ਬਾਜਾਂ ਵਾਲਾ ਕਲਗੀਆਂ ਵਾਲਾ। ਬੇਨਤੀ ਹੈ ਪ੍ਰਵਾਨ ਕਰ ਲਿਓ, ਜਦੋਂ ਨਹੀਂ ਸੀ ਪਤਾ ਲੱਗਾ ਉਦੋਂ ਭਾਵੇਂ ਲਾਈਆਂ, ਹੁਣ ਸਾਰਿਆਂ ਹੁਣ ਪਤਾ ਲੱਗ ਗਿਆ ਅਤੇ ਹੁਣ ਨਹੀਂ ਲਾਉਣੀਆਂ, ਨਾ ਬੱਚਿਆਂ ਦੇ ਵਿਆਹ ਕਰਨ ਲੱਗਿਆਂ। ਕੀ ਕਹਿੰਦੇ ਕਹਿੰਦੇ ਸਿਹਰਾ ਮੁਕਟ ਜਾਂ ਗਾਨਾ ਬੰਨਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇੜੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਸੰਦ ਪੜ੍ਹਨੇ, ਹਮਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ ਸ਼ਰਾਬ ਆਦਿ ਮਨ ਮਤ ਹੈ। ਪੇਟੀਆਂ ਸ਼ਰਾਬ ਦੀਆਂ ਆਉਂਦੀਆਂ ਵਿਆਹ ਤੋਂ ਪਹਿਲਾਂ, ਤੁਹਾਡੇ ਪਿੰਡ ਤਾਂ ਘਰੇ ਕੱਢ ਲੈਂਦੇ ਹੁਣ, ਇੱਥੇ ਬਹੁਤ ਨਿਕਲਦੀ ਕਹਿੰਦੇ, ਹੁਣ ਖਤਮ ਹੋ ਗਈ। ਮਹਾਰਾਜ ਦੀ ਮਿਹਰ ਹੋਈ, ਮੈਨੂੰ ਦੱਸਿਆ ਕੱਲ੍ਹ ਸਿੱਖਾਂ ਨੇ ਕਿ ਅੱਜ ਦਾ ਸਮਾਗਮ ਹੋਇਆ, ਕਈ ਬੰਦੇ ਡੈਡ ਡਰਿੰਕਰ ਵੀ ਉਹਨਾਂ ਸਵੇਰ ਤੋਂ ਸ਼ੁਰੂ ਕਰ ਦੇਣੀ, ਪਰ ਕਹਿੰਦੇ ਵੀ ਦੋ ਤਿੰਨ ਦਿਨ ਸਮਾਗਮ ਚੱਲਿਆ ਪਿਛਲੀ ਪੱਤੀ 'ਚ, ਕਹਿੰਦੇ ਤਿੰਨ ਦਿਨ ਉਹਨਾਂ ਸ਼ਰਾਬ ਹੀ ਨਹੀਂ ਪੀਤੀ, ਲੰਗਰ ਦੀ ਸੇਵਾ ਕਰਦੇ ਰਹੇ ਵੀ ਨਹੀਂ ਪੀਣੀ। ਜੇ ਤਿੰਨ ਦਿਨ ਕੱਢ ਗਏ ਮਹਾਰਾਜ ਮਿਹਰ ਕਰੇ, ਸ਼ਰਾਬ ਤੋਂ ਬਿਨਾਂ ਉਹਨਾਂ ਜ਼ਿੰਦਗੀ ਲੰਘ ਜਾਏ, ਜ਼ਿੰਦਗੀ ਸਫਲ ਹੋ ਜਾਏ, ਫਰਕ ਪੈਂਦਾ ਸੰਗਤ ਵਿੱਚ ਆਣ ਕੇ। ਕਹਿੰਦੇ
ਸ਼ਰਾਬ ਪੀਣੀ ਆਦਿ ਮਨਮਤ ਹੈ। ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਹੀ ਲੜਕਾ ਸਹੁਰੇ ਘਰ ਲੈ ਕੇ ਜਾਵੇ। ਦੋਵੇਂ ਪਾਸੀ ਗੁਰਬਾਣੀ ਦੇ ਸ਼ਬਦ ਗਾਏ ਜਾਣ ਅਤੇ ਫਤਿਹ ਗਜਾਈ ਜਾਵੇ। ਇਹ ਹੈ ਮਿਲਣੀ। ਕਿਤੇ ਨੇ ਜੇ ਲਿਖਿਆ ਕੰਬਲਾਂ ਦੀ ਮਿਲਣੀ ਜਾਂ ਸਰੋਪਿਆਂ ਦੀ ਕਰ ਲਓ, ਵੀ ਨਹੀਂ ਜੇ ਲਿਖਿਆ ਸਰੋਪਿਆਂ ਦੀ ਮਿਲਣੀ ਵੀ ਨਹੀਂ, ਵੀ ਚਲੋ ਅਸੀਂ ਸਰੋਪਾ ਦੇ ਦਿੰਦੇ ਹਾਂ, ਉਹ ਵੀ ਨਹੀਂ ਜੇ ਲਿਖਿਆ। ਫਤਿਹ ਗਜਾਈ ਜਾਵੇ ਲਿਖਿਆ, ਸ਼ਬਦ ਪੜ੍ਹੇ ਜਾਣ। ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਦੋਵੇਂ ਪਾਸੇ ਸ਼ਬਦ ਪੜ੍ਹੇ ਜਾਣ ਅਤੇ ਸੰਗਤਾਂ ਫਿਰ ਕੱਢ ਕੇ ਫਤਿਹ ਬੁਲਾਉਣ, ਉਹਨਾਂ ਨੂੰ ਰਿਸਪੈਕਟ ਦੇ ਨਾਲ ਅੰਦਰ ਲੈ ਕੇ ਜਾਓ। ਹੁਣ ਗੋਬਿੰਦ ਮਹਾਰਾਜ ਦਾ ਕੀਰਤਨ ਸੁਣੋ ਜੀ। ਜਲ ਪਾਣੀ ਪਹਿਲਾਂ ਛਕਾਉਣਾ ਛਕਾ ਲਓ, ਪੰਗਤ ਦੇ ਵਿੱਚ ਬਹਿ ਕੇ, ਟੇਬਲ 'ਤੇ ਨਹੀਂ, ਪੰਗਤਾਂ ਦੇ ਵਿੱਚ। ਬੜੀ ਸਤਿਗੁਰੂ ਜੀ ਦੀ ਰਹਿਮਤ ਜੇ ਹੁਣ ਜੇ ਕਿਸੇ ਨੇ ਪੰਗਤਾਂ ਵਿੱਚ ਲੰਗਰ ਛਕਾਉਣਾ ਹੈ, ਛਕਾਉਣਾ ਹੀ ਪੰਗਤਾਂ ਚਾਹੀਦਾ, ਸੇਵਾਦਾਰਾਂ ਦੀ ਲੋੜ ਹੈ, ਸੰਪਰਕ ਕਰੋ। ਤੁਹਾਡੇ ਨਗਰ ਦੇ ਭਾਈ ਗੁਰਮੁਖ ਸਿੰਘ, ਭਾਈ ਚਰਨਜੀਤ ਸਿੰਘ, ਇਹਨਾਂ ਨਾਲ ਸੰਪਰਕ ਕਰੋ, ਤੁਹਾਨੂੰ ਸਾਰੇ ਵਰਤਾਵੇ ਦੇ ਦੇਣਗੇ। ਭਾਵੇਂ 20 ਵਰਤਾਵੇ ਮੰਗ ਲਓ, 20 ਦੇਣਗੇ। ਥੋੜ੍ਹੀ ਜਿਹੀ ਸੇਵਾ ਵੀ ਰੱਖੀ ਉਹਨਾਂ ਦੀ। ਇਸ ਕਰਕੇ ਅੱਗੇ ਲਿਖਿਆ, ਵਿਆਹ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੀਵਾਨ ਲੱਗੇ, ਸੰਗਤ ਵਿੱਚ ਰਾਗੀ ਕੀਰਤਨ ਕਰਨ, ਫਿਰ ਲੜਕੀ ਅਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ, ਅਸੀਂ ਇੱਦਾਂ ਹੀ ਬੈਠਦੇ ਹਾਂ। ਸੰਗਤ ਦੀ ਆਗਿਆ ਲੈ ਕੇ ਆਨੰਦ ਪੜ੍ਹਾਉਣ ਵਾਲਾ ਸਿੱਖ ਉਹ ਕੋਈ ਵੀ ਪੜ੍ਹਾ ਸਕਦਾ, ਮਰਦ ਵੀ ਪੜ੍ਹਾ ਸਕਦਾ ਅਤੇ ਇਸਤਰੀ ਵੀ, ਗੁਰਸਿੱਖ ਬੀਬੀ ਵੀ ਪੜ੍ਹਾ ਸਕਦੀ ਹੈ। ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹੇ ਕਰਕੇ ਆਨੰਦ ਦਾ ਆਰੰਭ ਦਾ ਅਰਦਾਸਾ ਸੋਧੇ। ਪਹਿਲਾਂ ਜਿਹੜਾ ਉਹ ਲੜਕੀ ਲੜਕਾ ਅਤੇ ਇਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣੇ ਨੇ ਅਤੇ ਅਰਦਾਸ ਹੋਏਗੀ। ਉਸ ਤੋਂ ਬਾਅਦ ਫਿਰ ਇਹ ਲੜਕੀ ਲੜਕੇ ਨੂੰ ਗੁਰਮਤ ਅਨੁਸਾਰ ਗ੍ਰਿਸਤ ਧਰਮ ਵਿੱਚ ਜੋ ਉਹਦੇ ਫਰਜ਼ ਨੇ ਉਹ ਉਪਦੇਸ਼ ਕਰੇ। ਪਹਿਲਾਂ ਦੋਵਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿੱਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸੰਬੰਧ ਨੂੰ ਜੀਵ ਅਤੇ ਜੀਵ ਆਤਮਾ ਅਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ ਕਿ ਤੁਸੀਂ ਆਪਸ ਵਿੱਚ ਪ੍ਰੇਮ ਨਾਲ ਰਹਿਣ, ਏਕ ਜੋ ਦੋਹੇ ਮੂਰਤੀ ਇਹ ਹੋਣਾ ਦੱਸੇ। ਇੱਕ ਔਰ ਗ੍ਰਿਸਤ ਧਰਮ ਦੇ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਇੱਕ ਮਿਕ ਹੋਣਾ ਦੜਾਵੇ। ਜਿੱਦਾਂ ਤੁਸੀਂ ਆਪਸ ਵਿੱਚ ਇੱਕ ਮਿਕ ਹੁਣ ਹੋਏ ਹੋ, ਤੁਹਾਡਾ ਆਨੰਦ ਕਾਰਜ ਹੋਇਆ, ਇੱਦਾਂ ਸਾਂਝੇ ਭਰਤੇ ਅਕਾਲ ਪੁਰਖ ਨਾਲ ਇੱਕ ਮਿਕ ਹੋਣਾ, ਇਹ ਆਨੰਦ ਪੜਾਉਣ ਵਾਲਾ ਉਹਨਾਂ ਨੂੰ ਪੜ੍ਹ ਕੇ ਸੁਣਾਏਗਾ। ਅਤੇ ਫਿਰ ਦੋਹਾਂ ਨੇ ਇਸ ਸੰਯੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ। ਦੋਹਾਂ ਨੇ ਇਸ ਯੋਗ ਦੇ ਰਾਹੀਂ ਪਵਿੱਤਰ ਅਤੇ ਗੁਰਮੁਖੀ ਜੀਵਨ ਬਿਤਾਉਣਾ ਹੈ। ਫਿਰ ਲੜਕੀ ਅਤੇ ਲੜਕੇ ਨੂੰ ਆਪੋ ਆਪਣੇ ਵੱਖੋ ਵੱਖਰੇ ਗ੍ਰਿਸਤ ਧਰਮ ਦੇ ਫਰਜ਼ ਦੱਸੇ ਜਾਣ। ਵਰ ਨੂੰ ਲੜਕੇ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਤੈਨੂੰ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆ ਹੈ। ਆਪਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾ ਵਿੱਚ ਇੱਕੋ ਜਿਹਾ ਪਿਆਰ ਕਰਨਾ। ਅਰਧੰਗੀ ਦਾ ਮਤਲਬ ਹੁੰਦਾ ਸਰੀਰ ਦਾ ਅੱਧਾ ਹਿੱਸਾ। ਜਿਹੜੀ ਘਰ ਵਾਲੀ ਹੈ ਉਹ ਸਰੀਰ ਦਾ ਅੱਧਾ ਹਿੱਸਾ ਸਮਝਣਾ। ਜੇ ਉਹਨੂੰ ਕੋਈ ਪ੍ਰੋਬਲਮ ਆਈ ਤਾਂ ਸਮਝ ਲਾ ਮੇਰੀ ਬਾਂਹ ਟੁੱਟ ਗਈ ਹੈ, ਅੱਧਾ ਸਰੀਰ ਖਰਾਬ ਹੋ ਗਿਆ। ਜੇ ਘਰ ਵਾਲੀ ਨੂੰ ਪ੍ਰੋਬਲਮ ਆ ਰਹੀ ਹੈ ਉਹਦੀ ਸੇਵਾ ਕਰਨੀ, ਉਹਨੂੰ ਗੁਰਦੁਆਰਾ ਸਾਹਿਬ ਨਾਲ ਲੈ ਕੇ ਜਾਣਾ, ਸੰਗਤ ਵਿੱਚ ਲੈ ਕੇ ਆਉਣਾ ਅਰਧੰਗੀ ਜਾਣ ਕੇ। ਅਤੇ ਕਹਿੰਦੇ ਪਿਆਰ ਕਰਨਾ ਹੈ, ਵੰਡ ਕੇ ਛਕਣਾ ਹੈ। ਇਸ ਦੇ ਇੱਜ਼ਤ ਦੇ ਰਾਖੇ ਅੱਜ ਤੋਂ ਤੁਸੀਂ ਹੋ। ਪਹਿਲਾਂ ਇਹਦੇ ਮਾਂ ਪਿਓ ਇੱਜ਼ਤ ਕਰਦੇ ਰਹੇ, ਇਹਦੀ ਇੱਜ਼ਤ ਦੀ ਰਾਖੀ ਕਰਦੇ ਰਹੇ, ਸਤਿਗੁਰੂ ਜੀ ਵੀ ਕਰਦੇ ਰਹੇ। ਅੱਜ ਤੋਂ ਬਾਅਦ ਹੁਣ ਤੇਰੀ ਡਿਊਟੀ ਹੈ, ਸਤਿਗੁਰੂ ਜੀ ਦੀ ਕਿਰਪਾ ਸਦਕਾ ਤੂੰ ਇਹਦੇ ਇੱਜ਼ਤ ਦੀ ਰਾਖੀ ਕਰਨੀ ਹੈ। ਇਸਤਰੀ ਵਰਤ ਧਰਮ ਵਿੱਚ ਪੱਕੇ ਰਹਿਣਾ, ਇਹਦੇ ਮਾਤਾ ਪਿਤਾ ਨੂੰ ਅਤੇ ਸੰਬੰਧੀਆਂ ਨੂੰ, ਆਪਣੇ ਮਾਤਾ ਪਿਤਾ ਦੇ ਸੰਬੰਧੀਆਂ ਦੇ ਤੁਲ ਆਦਰ ਦੇਣਾ ਹੈ। ਫਿਰ ਲੜਕੀ ਨੂੰ ਦੱਸਿਆ ਜਾਵੇ ਕਿ ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਦੇ ਹਜ਼ੂਰ ਇਹ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਹਨਾਂ ਦੇ ਨਿਰਮਲ ਭਾਅ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਆਪਣੇ ਸਾਰੇ ਪ੍ਰੇਮ ਅਤੇ ਸ਼ਰਧਾ ਦਾ ਮਾਲਕ ਸਮਝਣਾ ਹੈ। ਜਪ ਵਾਹਿਗੁਰੂ। ਵਾਹਿਗੁਰੂ। ਸੁੱਖ ਸੁੱਖ ਦੇਸ਼ ਪ੍ਰਦੇਸ਼ ਵਿੱਚ ਆਪਣੇ ਪਤੀਵਰਤਾ ਧਰਮ ਵਿੱਚ ਪੱਕੇ ਰਹਿਣਾ, ਇਹਨਾਂ ਦੀ ਸੇਵਾ ਕਰਨੀ, ਇਹਨਾਂ ਦੇ ਮਾਤਾ ਪਿਤਾ ਦੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਸੰਬੰਧੀਆਂ ਕਵਾਂਗ ਜਾਣਨਾ ਹੈ। ਇਹ ਗੱਲ ਥੋੜ੍ਹੀ ਜਿਹੀ ਔਖੀ ਲੱਗਦੀ ਹੈ। ਜਦੋਂ ਬੱਚੀਆਂ ਆਉਂਦੀਆਂ ਉਹ ਮਾਂ ਪਿਓ ਵੀ ਉਹਨੂੰ ਆਪਣੀ ਧੀ ਨਹੀਂ ਸਮਝਦੇ, ਅਤੇ ਉਹ ਫਿਰ ਜਿਹੜੀ ਨੌਂ ਰਾਣੀ ਆ ਉਹ ਵੀ ਆਪਣੇ ਸੱਸ ਸਹੁਰੇ ਨੂੰ ਆਪਣਾ ਮਾਂ ਪਿਓ ਨਹੀਂ ਸਮਝਦੀ।
ਜਿਨ੍ਹਾਂ ਘਰਾਂ ਵਿੱਚ ਸਮਝੇ ਜਾਂਦੇ ਹਨ ਉੱਥੇ ਬਹੁਤ ਸੁੱਖ ਹੈ, ਜਿੱਥੇ ਨਹੀਂ ਸਮਝੇ ਉੱਥੇ ਦੁੱਖ ਹੀ ਦੁੱਖ ਹੈ। ਸਭ ਤੋਂ ਵੱਡਾ ਨਰਕ ਇਹੋ ਹੀ ਹੈ ਘਰਾਂ ਦੇ ਵਿੱਚ, ਜਿਸ ਘਰ ਵਿੱਚ ਇਤਫਾਕ ਨਹੀਂ, ਸੱਸ ਨਹੁੰ ਦੀ ਨਹੀਂ ਬਣਦੀ, ਦੋਵਾਂ ਜੀਆਂ ਦੀ ਨਹੀਂ ਬਣਦੀ, ਉਹ ਘਰ ਸਭ ਤੋਂ ਵੱਡਾ ਦੁਨੀਆਂ ਦਾ ਨਰਕ ਹੈ। ਜਿਸ ਘਰ ਵਿੱਚ ਦੋਵਾਂ ਜੀਆਂ ਦੀ ਬਣਦੀ ਹੈ, ਸੱਸ ਅਤੇ ਨਹੁੰ ਦੀ ਬਣਦੀ ਹੈ, ਸਾਰਾ ਪਰਿਵਾਰ ਬਾਣੀ ਪੜ੍ਹਦਾ ਹੈ, ਸਵੇਰੇ ਵੀ ਇਕੱਠੇ ਨਿਤਨੇਮ ਕਰਦੇ, ਸ਼ਾਮ ਨੂੰ ਵੀ ਇਕੱਠੇ ਨਿਤਨੇਮ ਕਰਦੇ, ਉਹੋ ਜਿਹਾ ਸੱਚਖੰਡ ਕਿਤੇ ਹੋਰ ਨਹੀਂ, ਉਹ ਘਰ ਹੀ ਸੱਚਖੰਡ ਹੈ। ਕਬੀਰ ਜੇ ਘਰ ਸਾਧ ਨਾ ਸੇਵੀ ਹੈ, ਹਰ ਕੀ ਪੂਜਾ ਨਾਹੀਂ, ਤੇ ਘਰ ਮਰਹਟ ਸਾਰ ਖੇ ਭੂਤ ਵਸੇ ਤਿੰਨ ਮਾਹੇ। ਜਿਨ੍ਹਾਂ ਘਰਾਂ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਆਏ ਗਏ ਸਿੱਖ ਸਾਧ ਦੀ ਸੇਵਾ ਨਹੀਂ ਹੁੰਦੀ, ਉਹ ਘਰ ਮੜੀਆਂ ਦੇ ਸਮਾਨ ਹੈ, ਅਤੇ ਰਹਿਣ ਵਾਲੇ ਸਾਰੇ ਭੂਤ ਨੇ ਬਾਣੀ 'ਚ ਲਿਖਿਆ। ਕਹਿੰਦੇ ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਾਰ ਅਤੇ ਕੰਨਿਆਂ ਦੋਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਲਈ ਖੜ੍ਹੇ ਕਰੇ। ਫਿਰ ਲੜਕੀ ਦੇ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ, ਅਤੇ ਤਾਬਿਆ ਬੈਠਾ ਸਿੰਘ ਜਿਹੜਾ ਸੂਹੀ ਰਾਗ ਦੀ ਰਾਗ ਸੂਹੀ ਮਹੱਲਾ ਚੌਥਾ ਦੀਆਂ ਲਾਵਾਂ ਦਾ ਪਾਠ ਸੁਣਾਵੇ। ਹਰ ਕਲਾਮ ਦੇ ਪਾਠ ਮਗਰੋਂ ਵਰ ਅੱਗੇ ਅਤੇ ਕੰਨਿਆਂ ਪਿੱਛੇ ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪਕਰਮਾਂ ਕਰਨ। ਪਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕਰਮ ਅਨੁਸਾਰ ਸੁਰ ਨਾਲ ਗਾਈ ਜਾਣ, ਅਤੇ ਵਰ ਕੰਨਿਆਂ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ ਸੁਣ ਲਈ ਖੜ੍ਹੇ ਹੋ ਜਾਣ। ਇਹ ਜਿਹੜੀ ਗੱਲ ਲਿਖੀ ਹੈ ਅਸੀਂ ਪਿੰਡਾਂ 'ਚ ਨਹੀਂ ਜੇ ਕਰਦੇ, ਅਸੀਂ ਜਿੱਥੇ ਵੀ ਆਨੰਦ ਕਾਰਜ ਕਰਾਉਂਦੇ ਅਸੀਂ ਇੱਦਾਂ ਹੀ ਕਰਾਉਂਦੇ। ਮਹਾਰਾਜ ਜੀ ਜੋਰੀ 'ਚ ਕਹਿ ਰਹੇ ਹਾਂ, ਭਾਵੇਂ ਕਿੱਥੇ ਵੀ ਦੇਸ਼ ਵਿਦੇਸ਼ ਵਿੱਚ, ਕੈਨੇਡਾ ਕਰਾਈਏ, ਇੰਗਲੈਂਡ ਕਰਾਈਏ, ਆਸਟ੍ਰੇਲੀਆ, ਜਿੱਥੇ ਜਿੱਥੇ ਵੀ ਆਨੰਦ ਕਾਰਜ ਕਰਾਏ, ਉਹ ਸਿੱਖ ਰਹਿਤ ਮਜਾਦਾ ਪੂਰੀ ਪੜ੍ਹ ਕੇ ਸੁਣਾਈ ਅਤੇ ਇਹਦੇ ਅਨੁਸਾਰ ਆਨੰਦ ਕਾਰਜ ਕਰਾਏ। ਉਹਨਾਂ ਨੂੰ ਕਿਹਾ ਵੀ ਮਜਾਦਾ 'ਚ ਲਿਖਿਆ ਤੁਸੀਂ ਖੜ੍ਹੇ ਹੋ ਕੇ ਲਾਵਾਂ ਸੁਣਨੀਆਂ, ਬੈਠ ਕੇ ਨਹੀਂ ਸੁਣਨੀਆਂ। ਅਸੀਂ ਪਹਿਲਾਂ ਬੈਠ ਕੇ ਸੁਣਦੇ ਰਹੇ, ਹੁਣ ਮੈਨੂੰ ਇਸ ਗੱਲ ਦਾ ਪਤਾ ਜਦੋਂ ਅਸੀਂ ਹੁਣ ਪੜ੍ਹੀ ਮਰਜ਼ਾਦਾ। ਪਿੰਡਾਂ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਕੀ ਹੁੰਦਾ ਕਿ ਉਹ ਬੱਚੀ ਨੂੰ 6-7 ਜਣੇ ਆਲੇ ਦੁਆਲੇ ਖਲੋ ਜਾਂਦੇ ਸੀ, ਉਹਨੇ ਝੁੰਡ ਕੱਢਿਆ ਹੁੰਦਾ, ਉਹਨੂੰ ਫੜ ਫੜ ਕੇ ਅਗਲੇ ਨੂੰ ਫੜਾਉਣਾ, ਚੱਲ ਤਲ ਮਗਲ ਮਗਲ ਤੁਰੀ ਜਾ, ਉਹ ਨਾਲ ਹੈਲਪ ਕਰਦੇ ਸੀ। ਉਹ ਕੰਮ ਹੁਣ ਹੋ ਗਿਆ ਖਤਮ, ਪਹਿਲਾਂ ਤਾਂ ਇਹ ਖਤਮ ਹੋਇਆ। ਦੂਸਰਾ ਕੀ ਹੁੰਦਾ ਸੀ ਕਿ ਉੱਥੇ ਸਤਿਗੁਰ ਦੀ ਹਜ਼ੂਰੀ ਵਿੱਚ ਵੀ ਪਖੰਡ ਕਰਦੇ ਸੀ। ਉਹ ਕੁੜੀ ਵਾਲੇ ਨੇ ਕੁੜੀ ਦੇ ਲਾਗੇ ਬੈਠੇ ਉਹਨੂੰ ਕਹਿਣਾ ਤੂੰ ਪਹਿਲਾਂ ਉੱਠ ਜੀ, ਉਹ ਮੁੰਡੇ ਨੇ ਕਹਿਣਾ ਤੂੰ ਪਹਿਲਾਂ ਉੱਠ ਜੀ, ਵੀ ਜਿਹੜਾ ਪਹਿਲਾਂ ਉੱਠ ਗਿਆ ਉਹ ਜਿੱਤ ਗਿਆ। ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ, ਪਹਿਲਾਂ ਚੱਲਦੀਆਂ ਰਹੀਆਂ ਕਿ ਨਹੀਂ। ਉਹ ਰਹਿਤ ਮਜਾਦਾ ਨੇ ਖਤਮ ਹੀ ਕਰਤਾ ਵੀ ਤੁਸੀਂ ਖੜ੍ਹੇ ਹੋ ਕੇ ਲਾਵਾਂ ਸੁਣੋ। ਇੱਕ ਬੈਠਿਆ ਥੋੜ੍ਹਾ ਬੰਦੇ ਦੇ ਕੋਈ ਜਿਹੜਾ ਬੰਦਾ ਨਹੀਂ ਬਹੁਤਾ ਬਹਿੰਦਾ, ਲੱਤਾਂ ਵੀ ਸੌਂ ਜਾਂਦੀਆਂ ਉਹਦੀਆਂ, ਉਹਨੂੰ ਕਹਿੰਦਾ ਖੜ੍ਹੇ ਹੋ ਕੇ ਲਾਵਾਂ ਸੁਣੋ। ਪਰਿਕਰਮਾ ਕਰਕੇ ਮੱਥਾ ਟੇਕੇ ਆਣ ਕੇ ਫਿਰ ਅਗਲੀ ਲਾਮ ਖੜ੍ਹੇ ਹੋ ਕੇ ਸੁਣੋ, ਤਾਂ ਕਹਿੰਦੇ ਹੱਥ ਪੈਰ ਵੀ ਚੱਲਦੇ ਰਹਿਣ ਅਤੇ ਮਰਜ਼ਾਦਾ ਵੀ ਪੂਰੀ ਨਿਭਾਉਣੀ ਆ। ਫਿਰ ਇੱਕ ਦੂਜੇ ਨਾਲ ਇਹ ਚੜ੍ਹੋ ਖਤੀ ਨਾ ਹੋਏ ਵੀ ਤੂੰ ਪਹਿਲਾਂ ਉੱਠ ਜਾ ਜੀ, ਉਹ ਦੂਜਾ ਪਹਿਲਾਂ ਉੱਠ ਗਿਆ, ਇੱਦਾਂ ਦੀ ਗੱਲ ਨਹੀਂ। ਬੜੇ ਪਿਆਰ ਨਾਲ ਸਤਿਗੁਰੂ ਜੀ ਨਿਰਮਲ ਭਾਅ ਵਿੱਚ ਰਹਿੰਦੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਆਣ ਕੇ ਦੂਸਰੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ। ਫਿਰ ਜਦੋਂ ਲਾਮ ਭਾਈ ਸਾਹਿਬ ਨੇ ਪੜ੍ਹ ਲਈ ਅਤੇ ਫਿਰ ਪਰਿਕਰਮਾ ਕਰਕੇ ਨਾਲ ਨਾਲ ਕੀਰਤਨ ਹੋਏਗਾ ਅਤੇ ਤੀਜੀ ਲਾਮ ਸੁਣਨ ਵਾਸਤੇ ਚਾਰ ਲਾਵਾਂ ਇੱਦਾਂ ਖੜ੍ਹੇ ਹੋ ਕੇ। ਕਿਉਂਕਿ ਜਦੋਂ ਬੰਦਾ ਕੋਰਟ ਦੇ ਵਿੱਚ ਜਾਂਦਾ ਹੈ, ਜੱਜ ਜਦੋਂ ਹੁਕਮ ਕਰਦਾ ਹੈ ਅਤੇ ਕਦੀ ਕੁਰਸੀ 'ਤੇ ਬਹਿ ਕੇ ਨਹੀਂ ਕੋਈ ਸੁਣਦਾ ਹੁਕਮ ਨੂੰ, ਉਹਨੂੰ ਸਾਹਮਣੇ ਖਲੋ ਕੇ ਸੁਣਨਾ ਪੈਂਦਾ ਕਟਹਿਰੇ ਦੇ ਵਿੱਚ। ਇਹ ਤਾਂ ਸਤਿਗੁਰ ਜੀ ਸਾਨੂੰ ਹੁਕਮ ਕਰਦੇ ਆ ਇਹ ਖੜ੍ਹੇ ਹੋ ਕੇ ਲਾਵਾਂ ਸੁਣ ਲਈਆਂ। ਪਰ ਜੋ ਮਜ਼ਾਰਾ 'ਚ ਲਿਖਿਆ ਅੱਗੇ ਲਿਖਿਆ ਕਿ ਜਪ ਵਾਹਿਗੁਰੂ 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 ਵਾਹਿਗੁਰੂ, ਉਪਰੰਤ ਮੱਥਾ ਟੇਕ ਕੇ ਆਪਣੀ ਥਾਂ 'ਤੇ ਬੈਠ ਜਾਣਾ। ਰਾਗੀ ਸਿੰਘ ਆਨੰਦ ਕਰਾਉਣ ਵਾਲਾ ਆਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਪੌੜੀਆਂ ਅਤੇ ਅੰਤਲੀ ਪੌੜੀ ਦਾ ਪਾਠ ਕਰੇਗਾ, ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇਗਾ, ਕੜਾਹ ਪ੍ਰਸਾਦ ਵਰਤਾਇਆ ਜਾਵੇਗਾ। ਅੱਗੇ ਲਿਖਿਆ ਚੱਚੇ ਭਾਗ ਵਿੱਚ ਅਨਮਤ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ। ਜਿਹੜੇ ਅਨਮਤੀਏ ਨੇ ਉਹਨਾਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ। ਲੜਕਾ ਜਾਂ ਲੜਕੀ ਦਾ ਸੰਯੋਗ ਪੈਸਾ ਲਾ ਕੇ ਨਾ ਕਰੇ। ਜੇ ਬਾਲਕੀ ਦੇ ਮਾਪੇ, ਹੁਣ ਅੱਗੇ ਸੁਣਿਓ, ਜੇ ਬਾਲਕੀ ਦੇ ਮਾਪੇ ਕਦਾਂਤ ਸਬੱਬ ਪਾਏ ਆਪਣੀ ਬੱਚੀ ਦੇ ਗ੍ਰਹਿ ਜਾਣ, ਉੱਥੇ ਪ੍ਰਸਾਦ ਤਿਆਰ ਹੋਵੇ ਅਤੇ ਖਾਣ ਤੋਂ ਸੰਕੋਚ ਨਹੀਂ ਕਰਨਾ। ਅੰਨ ਨਾ ਖਾਣਾ ਇਹ ਸਭ ਭਰਮ ਹੈ। ਕਈ ਕਹਿੰਦੇ ਆ ਧੀ ਦੇ ਘਰ ਦਾ ਨਹੀਂ ਖਾਣਾ, ਉਹ ਨਹੀਂ, ਨਾ ਧੀ ਦੇ ਘਰ ਦਾ, ਨਾ ਪੁੱਤਰ ਦੇ ਘਰ ਦਾ, ਇਹ ਗੁਰੂ ਘਰ ਦਾ ਹੀ ਸਾਰਾ ਹੈ। ਜਿਹੜਾ ਘਰ ਸਾਨੂੰ ਮਿਲ ਰਿਹਾ ਵੀ ਗੁਰੂ ਦਾ ਹੀ ਲੰਗਰ ਹੈ, ਗੁਰੂ ਦਾ ਲੰਗਰ ਸਮਝ ਕੇ ਛਕ ਲੈਣਾ ਉੱਥੋਂ। ਇਹ ਭਰਮ ਨਹੀਂ ਕਰਨਾ ਕਿ ਧੀ ਦੇ ਘਰੋਂ ਨਹੀਂ ਖਾਣਾ, ਹੁਣ ਧੀਆਂ ਨੂੰ ਵੇਚ ਕੇ ਖਾ ਜਾਂਦੇ, ਹੁਣ ਤਾਂ ਸਿਸਟਮ ਖਰਾਬ ਹੋ ਗਿਆ, ਪਹਿਲੀਆਂ ਗੱਲਾਂ ਕਰ ਰਹੇ। ਪਰ ਮੰਨ ਜਾਈਏ ਅਸੀਂ ਖਾਲਸੇ ਨੂੰ, ਖਾਣਾ ਅਤੇ ਖਿਲਾਉਣਾ
ਸ੍ਰੀ ਗੁਰੂ ਬਾਬੇ ਅਕਾਲ ਪੁਰਖ ਨੇ ਬਖਸ਼ਿਆ ਹੈ, ਬੇਟੀ ਵਾਲੇ ਅਤੇ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ, ਇਸ ਵਾਸਤੇ ਜੋ ਗੁਰੂ ਦੇ ਗੁਰੂ ਨੇ ਦੋਵੇਂ ਸਾਖ ਇੱਕ ਕੀਤੇ ਹਨ, ਪਿਆਰ ਨਾਲ ਰਹਿਣ। ਇਸ ਇਸਤਰੀ ਦਾ ਕਹਿੰਦੇ ਜਿਸ ਇਸਤਰੀ ਦਾ ਭਰਤਾ ਕਾਲ ਵੱਸ ਹੋ ਜਾਵੇ, ਕੋਈ ਬੱਚੀ ਦਾ ਘਰ ਵਾਲਾ ਚੜ੍ਹਾਈ ਕਰ ਜਾਏ ਅਤੇ ਕਹਿੰਦੇ ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਯੋਗ ਕਰ ਲਵੇ, ਦੁਬਾਰਾ ਵਿਆਹ ਕਰਵਾ ਸਕਦੀ ਹੈ। ਪਹਿਲਾਂ ਨਹੀਂ ਸੀ ਕਰਾ ਸਕਦੀ ਮਰਿਆਦਾ ਤੋਂ ਪਹਿਲਾਂ, ਗੁਰੂ ਸਾਹਿਬ ਦੇ ਵੇਲੇ ਤੋਂ ਪਹਿਲਾਂ ਪਹਿਲਾਂ ਸਤੀ ਹੋਣਾ ਪੈਂਦਾ ਸੀ। ਜੇ ਘਰ ਵਾਲਾ ਚੜ੍ਹਾਈ ਕਰ ਗਿਆ ਤਾਂ ਜਿਹੜੀ ਘਰ ਵਾਲੀ ਹੈ ਨਾਲ ਦੀ ਉਹਨੂੰ ਚਿਖਾ ਦੇ ਨਾਲ ਸਾੜ ਦਿੰਦੇ, ਜਾਂ ਤਾਂ ਆਪ ਸੜ ਜਾਏ ਨਹੀਂ ਤਾਂ ਚੁੱਕ ਕੇ ਉਹਨੂੰ ਚਿਖਾ ਦੇ ਮਾਰਦੇ ਵੀ ਤੇਰਾ ਰਹਿਣ ਦਾ ਇੱਥੇ ਹੁਣ ਕੋਈ ਫਾਇਦਾ ਨਹੀਂ, ਤੂੰ ਨਾਲ ਹੀ ਸੜ ਜਾ। ਇਹ ਸਤੀ ਪ੍ਰਥਾ ਬੰਦ ਕੀਤੀ ਸਤਿਗੁਰੂ ਜੀ ਨੇ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ। ਇਹ ਸਤੀ ਪ੍ਰਥਾ ਬੰਦ ਹੋਈ ਉਦੋਂ ਦੀ, ਮਹਾਰਾਜ ਦਾ ਧੰਨਵਾਦ ਕਰੀਏ ਸਤਿਗੁਰਾਂ ਦਾ, ਉਹ ਸਾਨੂੰ ਮਹਾਰਾਜ ਜੀ ਨੇ ਜੀਣ ਦੀ ਜਾਚ ਦੱਸੀ ਹੈ। ਪਹਿਲਾਂ ਚੁੱਕ ਕੇ ਸੁੱਟ ਦਿੰਦੇ ਸੀ ਉੱਤੇ ਵੀ ਸੜ ਜਾ ਤੂੰ ਵੀ ਨਾਲ ਹੀ। ਇਹ ਰਹਿਤ ਮਰਿਆਦਾ ਵਿੱਚ ਸਾਨੂੰ ਇਹ ਦੱਸ ਦਿੱਤਾ ਕਿ ਜੇ ਕਿਸੇ ਦਾ ਪਤੀ ਕਾਲ ਵੱਸ ਹੋ ਜਾਏ, ਚੜ੍ਹਾਈ ਕਰ ਜਾਏ, ਉਹ ਬੱਚੀ ਦੁਬਾਰਾ ਵਿਆਹ ਕਰ ਸਕਦੀ ਹੈ। ਸੁਣਿਓ, ਕਹਿੰਦੇ ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਹਦੇ ਵਾਸਤੇ ਵੀ ਇਹੋ ਹੁਕਮ ਹੈ, ਪਰਮਾਤਮਾ ਨਾ ਕਰੇ ਕਿਸੇ ਦੀ ਇਸਤਰੀ ਚੜ੍ਹਾਈ ਕਰ ਜਾਏ, ਉਹ ਦੁਬਾਰਾ ਪੁਨਰ ਵਿਆਹ ਕਰਾ ਸਕਦਾ। ਸਿੱਖ ਰਹਿਤ ਮਰਿਆਦਾ 'ਚ ਲਿਖਿਆ ਜਿੰਦੀ ਦੇ ਦੋ ਵਿਆਹ ਨਹੀਂ ਕਰਾਉਣੇ, ਅਤੇ ਜਿੰਦੀ ਦੇ ਹੁੰਦਿਆਂ ਕਿ ਵੀ ਦੋ ਕਲਾਲੀ ਉਹ ਨਹੀਂ, ਮਰ ਜਾਏ ਫਿਰ, ਮਰਿਆਦਾ 'ਚ ਇਹ ਲਿਖਿਆ ਜੀ। ਪੁਨਰ ਵਿਆਹ ਦੀ ਰੀਤੀ ਵੀ ਉਹੀ ਹੈ ਜੋ ਆਨੰਦ ਵਿੱਚ ਦੱਸੀ ਗਈ, ਪੂਰਾ ਉੱਦਾਂ ਹੀ ਆਨੰਦ ਜਿਹੜਾ ਜਿਹਦਾ ਪਹਿਲਾਂ ਆਨੰਦ ਕਾਰਜ ਹੋਇਆ ਉੱਦਾਂ ਹੀ ਪੁਨਰ ਵਿਆਹ। ਇਹ ਨਹੀਂ ਵੀ ਚਾਦਰ ਪਾ ਦਈਏ, ਉਹ ਚਾਦਰਾਂ ਹੀ ਪਾਉਂਦੇ ਰਹੇ ਪਿੰਡਾਂ ਦੇ ਵਿੱਚ, ਉਹ ਬਿਲਕੁਲ ਗਲਤ ਹੈ। ਉੱਦਾਂ ਹੀ ਆਨੰਦ ਕਾਰਜ ਹੋਣਾ ਪੂਰੇ ਦਾ ਪੂਰਾ। ਆਮ ਹਾਲਤਾਂ ਵਿੱਚ ਸਿੱਖ ਦੀ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ। ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ। ਇਹ ਵਿਆਹ ਤੋਂ ਪਹਿਲਾਂ ਗੱਲ ਕਰਨੀ ਹੈ ਵੀ ਅੰਮ੍ਰਿਤ ਛਕੋ ਪਹਿਲਾਂ, ਫਿਰ ਆਨੰਦ ਕਾਰਜ ਹੋਣਾ ਭਾਈ। ਉੱਦਾਂ ਨਗੁਰੇ ਦਾ ਆਨੰਦ ਕਾਰਜ ਨਹੀਂ ਹੋਣਾ। ਇਹ ਜੋ ਆਨੰਦ ਸੰਸਕਾਰ ਹੈ, ਕੱਲ੍ਹ ਨੂੰ ਫਿਰ ਜਿਹੜਾ ਅਸਲੀ ਜਿਹੜਾ ਸੰਸਕਾਰ ਹੈ, ਮ੍ਰਿਤਕ ਸੰਸਕਾਰ, ਉਹ ਆਪ ਜੀ ਨੂੰ ਅਗਲੇ ਗੁਰਦੁਆਰਾ ਸਾਹਿਬ ਸਮਾਗਮ ਹੈ, ਉੱਥੇ ਆਪ ਜੀ ਦੇ ਜੋੜੇ ਝਾੜਾਂਗੇ ਜੀ, ਉੱਥੇ ਦੱਸਾਂਗੇ। ਫਿਰ ਇੱਕ ਪ੍ਰਕਰਨ ਹੋਰ ਰਹਿ ਜਾਣਾ, ਹੋਰ ਰੀਤੀਆਂ ਵੀ ਹੋਰ ਕੀ ਰੀਤਾਂ, ਹੋਰ ਰਹਿਤਾਂ ਕੀ ਨੇ, ਉਹ ਦੱਸ ਕੇ ਦੋ ਦਿਨ ਦਾ ਹੀ ਸਮਾਗਮ ਰਹਿ ਗਿਆ ਹੋਰ, ਅਤੇ ਦੋ ਹੀ ਪ੍ਰਕਰਨ ਰਹਿ ਗਏ। ਇਹ ਮਹਾਰਾਜ ਮਿਹਰ ਕਰਨ, ਆਪਾਂ ਸਾਰੇ ਰਲ ਕੇ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨਾ ਜੀ। ਸਾਰੀ ਸੰਗਤ ਸਤਿਗੁਰੂ ਜੀ ਦਾ ਧੰਨਵਾਦ, ਕੋਟਾਂ ਕੋਟ ਅਸੀਂ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ। ਸਾਡੇ 'ਤੇ ਰਹਿਮਤਾਂ ਕੀਤੀਆਂ, ਸਾਰਿਆਂ ਨੂੰ ਆਪਣੇ ਚਰਨਾਂ 'ਚ ਬਿਠਾਇਆ, ਸਤਸੰਗਤ ਦਾ ਵੀ ਧੰਨਵਾਦ ਹੈ। ਆਪ ਜੁੜੋ, ਆਪਣੇ ਸੰਗੀ ਸਾਥੀ ਗੁਆਂਢੀ ਸਾਰਿਆਂ ਨੂੰ ਪ੍ਰੇਰਿਤ ਕਰਕੇ ਲੈ ਕੇ ਆਓ। ਗੁਰਦੁਆਰੇ ਦੋ ਦਿਨ ਦਾ ਸਮਾਗਮ ਰਹਿ ਗਿਆ ਬਸ, ਸ਼ੁੱਕਰਵਾਰ ਅਤੇ ਸ਼ਨੀਵਾਰ ਦੋ ਦਿਨ ਦਾ ਸਮਾਗਮ ਹੈ। ਹੋਰ ਨਾ ਮੰਗੇ, ਉਹ ਫਿਰ ਦੇਵਾਂਗੇ ਤੁਹਾਨੂੰ, ਮਹਾਰਾਜ ਮਿਹਰ ਕਰੇ। ਕਿਉਂਕਿ ਐਤਵਾਰ ਦਾ ਸਮਾਗਮ ਅਸੀਂ ਰੱਖਿਆ ਚੂੜ ਚੱਕ ਗੁਰਦਾਸਪੁਰ ਨੇੜੇ, ਉਹ ਤੋਂ ਬਾਅਦ ਤੁਸੀਂ ਜਦੋਂ ਹੁਕਮ ਕਰੋਗੇ ਅਸੀਂ ਆਪ ਜੀ ਦੇ ਜੋੜੇ ਝਾੜਨ ਵਾਸਤੇ ਹਰ ਵੇਲੇ ਤਿਆਰ ਹਾਂ। ਸਮਾਗਮ ਰਾਤ ਦਾ ਜਦੋਂ ਮਰਜ਼ੀ ਤੁਸੀਂ ਹੁਕਮ ਕਰਿਓ, ਫਿਰ ਭਾਵੇਂ ਜਿੰਨੇ ਦਿਨ ਦਾ ਮਰਜ਼ੀ ਰੱਖ ਲਿਓ। ਚਲੋ ਖਰਚਾ ਵੀ ਕਾਫੀ ਹੋ ਜਾਂਦਾ, ਤੁਸੀਂ ਲੰਗਰ ਵੀ ਤਿਆਰ ਕਰਦੇ ਹੋ, ਸੇਵਾ ਵੀ ਕਰਦੇ ਹੋ। ਚਲੋ ਮਹਾਰਾਜ ਤੁਹਾਡੇ ਕੋਲ ਸੇਵਾ ਲੈਣ, ਇਸੇ ਤਰ੍ਹਾਂ ਹੀ ਸੰਗਤ ਦੇ ਨਾਲ ਜੁੜੇ ਰਹੋ ਤਾਂ ਕਿ ਜੀਵਨ ਸਾਡਾ ਸਾਰਿਆਂ ਦਾ ਸਫਲ ਹੋ ਜਾਏ। ਆਨੰਦ ਸਾਹਿਬ ਜੀ ਦਾ ਪਾਠ ਅਤੇ ਫਿਰ ਉਸ ਤੋਂ ਬਾਅਦ ਅਰਦਾਸ ਹੋਏਗੀ। ਵਾਹਿਗੁਰੂ, ਮਾਫੀ ਦੇਣਾ ਜੀ, ਮੈਂ ਜਿੱਦਾਂ ਆਨੰਦ ਕਾਰਜ 'ਤੇ ਬੈਠਾ, ਮੈਨੂੰ ਚੇਤੇ ਦਰਬਾਰ ਸੱਚਾ ਸੇਵਾ ਕਰ ਲਓ, ਬਹੁਤ ਕੁਝ ਮਿਲਣਾ ਇੱਥੇ। ਇਸ ਕਰਕੇ ਬੇਨਤੀ ਹੈ,
ਤੇ ਅਗਲੀ ਜਿਹੜੀ ਸਾਊਂਡ ਹੈ ਦੋ ਦਿਨ ਦਾ ਸਮਾਗਮ ਉਹ ਮਾਇਆ ਦੇ ਦਿਓ ਉਹਨਾਂ ਨੂੰ ਕੋਈ ਗੱਲ ਨਹੀਂ ਲੰਗਰ ਦੇ ਬਹੁਤੇ ਪਦਾਰਥ ਨਾ ਬਣਾਉਣ ਦਾ ਬੇਨਤੀ ਹੈ ਇਹ ਛੱਕ ਛੱਕ ਕੇ ਪਹਿਲਾਂ ਬਿਮਾਰ ਹੋਏ ਸਾਰੇ ਦਾਲ ਫੁਲਕਾ ਇਕੱਲਾ ਬਣਾਇਆ ਕਰ ਇਹ ਬੇਨਤੀ ਹੈ ਤੁਸੀਂ ਮਿੱਠੇ ਚੌਲ ਵੀ ਖਾ ਲਓ ਜੀ ਆਹ ਵੀ ਬਣਾਇਆ ਵੀ ਛੱਕ ਲਓ ਅਤੇ ਸਾਨੂੰ ਕਹੋਗੇ ਆਪ ਸਦਾਈ ਛੱਕ ਕੇ ਆਏ ਬੇਨਤੀ ਹੈ ਬਿਲਕੁਲ ਸਿੰਪਲ ਲੰਗਰ ਬਣਾਓ ਜਿਹੜਾ ਤੁਸੀਂ ਘਰ ਖਾਂਦੇ ਹੋ ਇਸ ਕਰਕੇ ਗੁਰੂ ਦਾ ਲੰਗਰ ਇਹੀ ਹੈ ਦਾਲ ਪ੍ਰਸ਼ਾਦਾ ਹੱਥਾਂ 'ਤੇ ਭਾਵੇਂ ਛੱਕ ਲਓ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਾ ਮਾਤਾ ਦੇਸ਼ ਦਾ ਦਰਦਾਈ ਦਾ ਕਰ